ਪੰਜਾਬ ਸਕੂਲ ਸਿੱਖਿਆ ਬੋਰਡ ਦੇ ਤਹਿਤ ਲਾਗੂ ਇਤਿਹਾਸ ਦੀਆਂ ਕਿਤਾਬਾਂ 'ਚ ਸਿੱਖ ਧਰਮ ਨਾਲ ਛੇੜਛਾੜ ਕੀਤੇ ਜਾਣ ਦਾ ਮੁੱਦਾ ਗਰਮਾਇਆ ਹੋਇਆ ਹੈ। ਇਸ ਸੰਬੰਧ ਵਿੱਚ ਸਾਡੇ ਹੱਥ ਇੱਕ ਅਜਿਹੀ ਪੁਸਤਕ ਲੱਗੀ ਹੈ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਲਾਗੂ ਕੀਤੀ ਗਈ ਹੈ। ਖਾਸ ਗੱਲ ਇਹ ਹੈ ਕਿ ਇਹ ਪੁਸਤਕ ਸਾਲ 2008 ਮੈਂ ਇਸ ਕਰਕੇ ਜ਼ਿਕਰ ਕਰ ਰਿਹਾ ਕਿ ਉਸ ਵਕਤ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਗੱਠਜੋੜ ਦੀ ਸਰਕਾਰ ਸੀ ਅਤੇ ਇਹੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਇਸ ਵਕਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪਾਠਕ੍ਰਮ ਦੇ ਵਿੱਚ ਇਤਿਹਾਸ ਦੀਆਂ ਕਿਤਾਬਾਂ ਦੇ ਨਾਲ ਸਿੱਖ ਧਰਮ ਨੂੰ ਗਲਤ ਤਰੀਕੇ ਪੇਸ਼ ਕੀਤੇ ਜਾਣ ਦਾ ਮੁੱਦਾ ਬੜੀ ਸਰਗਰਮੀ ਨਾਲ ਚੁੱਕ ਰਿਹਾ ਹੈ। ਧਰਨੇ ਮੁਜ਼ਾਹਰੇ ਵੀ ਕੀਤੇ ਜਾ ਰਹੇ ਨੇ। ਇੱਕ ਤਰ੍ਹਾਂ ਨਾਲ ਅਕਾਲੀ ਦਲ ਇਸ ਮੁੱਦੇ ਦੇ ਉੱਤੇ ਪੂਰੀ ਵਾਹ ਲਾ ਰਿਹਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਉਹ ਪੰਜਾਬ ਦੀ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਘੇਰੇ, ਪਰ ਉਹਨਾਂ ਦੇ ਵੇਲੇ ਵੀ ਇਸ ਤਰ੍ਹਾਂ ਦਾ ਸਾਰਾ ਕੁਝ ਹੁੰਦਾ ਰਿਹਾ ਹੈ। ਇਸ ਗੱਲ ਦੇ ਪ੍ਰਮਾਣ ਨੇ ਉਹ ਹੈ ਇਹ ਪੁਸਤਕ ਜੋ ਕਿ ਮਾਡਰਨ ABC ਆਫ ਹਿਸਟਰੀ ਆਫ ਦਾ ਪੰਜਾਬ, ਇਹ 12ਵੀਂ ਜਮਾਤ ਦੀ ਪੁਸਤਕ ਹੈ। ਇਹ 2 ਜਨਵਰੀ 2008 ਨੂੰ ਜਿਹੜਾ ਹੈਗਾ ਇਹਦਾ ਮੀਮੋ ਜਿਹੜਾ ਹੈਗਾ ਇਹ ਲੈਟਰ ਜਿਹਦੇ ਥਰੂ ਇਹ ਲਾਗੂ ਹੋਈ ਹੈ ਅਤੇ ਰਿਕਮੈਂਡਡ ਬਾਈ ਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਮੋਹਾਲੀ ਹੈ। ਹੁਣ ਤੁਹਾਨੂੰ ਦੱਸਾਂਗੇ ਕਿ ਇਸ ਕਿਤਾਬ ਦੇ ਵਿੱਚ ਸਿੱਖ ਧਰਮ ਨੂੰ, ਸਿੱਖ ਇਤਿਹਾਸ ਨੂੰ ਕਿਸ ਤਰੀਕੇ ਵਿਗਾੜਿਆ ਗਿਆ, ਕਿਸ ਹੱਦ ਤੱਕ ਵਿਗਾੜਿਆ ਗਿਆ। ਖਾਸ ਕਰ ਇਹ ਗੱਲ ਵੇਖਣ ਵਾਲੀ ਹੈ। ਸਭ ਤੋਂ ਪਹਿਲੀ ਗੱਲ ਜਿਹੜੀ ਸਭ ਤੋਂ ਮੋਟੇ ਤੌਰ ਦੇ ਉੱਤੇ ਸਾਹਮਣੇ ਆਉਂਦੀ ਹੈ ਤਾਂ ਉਹ ਇਹ ਪੁਸਤਕ ਕਰਦੀ ਹੈ ਕਿ ਸਿੱਖ ਖਾਸ ਕਰ ਖਾਲਸਾ ਪੰਥ ਦੀ ਸਥਾਪਨਾ ਜਿਹੜੀ ਹੈਗੀ ਹੈ ਉਸ ਬਾਰੇ ਇਹ ਪੁਸਤਕ ਦਾ ਕੀ ਕਹਿਣਾ। ਇਹ ਪੁਸਤਕ ਕਹਿ ਰਹੀ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਵੱਡੀ ਗਿਣਤੀ 'ਚ ਜੱਟ ਸਿੱਖ ਧਰਮ 'ਚ ਸ਼ਾਮਲ ਹੋਣੇ ਸ਼ੁਰੂ ਹੋ ਗਏ। ਜੱਟ ਸੁਭਾਅ ਤੋਂ ਹੀ ਲੜਾਈ ਪਸੰਦ ਸਨ। ਉਹ ਬੜੇ ਨਿਡਰ, ਅਣਖੀ ਅਤੇ ਬਹਾਦਰ ਸਨ। ਗੁਰੂ ਗੋਬਿੰਦ ਸਿੰਘ ਜੀ ਅਜਿਹੇ ਯੋਧਿਆਂ ਦਾ ਸਹਿਯੋਗ ਪ੍ਰਾਪਤ ਕਰਨਾ ਚਾਹੁੰਦੇ ਸਨ, ਜਿਸ ਕਾਰਨ ਉਹਨਾਂ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਇਹ ਪੁਸਤਕ ਇਹ ਕਹਿ ਰਹੀ ਹੈ ਕਿ ਖਾਲਸਾ ਪੰਥ ਦੀ ਸਿਰਜਣਾ 10ਵੀਂ ਪਾਤਸ਼ਾਹੀ ਵੱਲੋਂ ਜੱਟ ਜੋ ਕਿ ਸੁਭਾਅ ਪੱਖੋਂ ਯੋਧਾ ਕੌਮ ਹੈ ਉਸ ਦਾ ਸਹਿਯੋਗ ਲੈਣ ਵਾਸਤੇ ਕੀਤੀ। ਮਤਲਬ ਉਸ ਚੀਜ਼ ਨੂੰ ਇੱਥੋਂ ਤੱਕ ਹੀ ਸੀਮਤ ਕਰਕੇ ਰੱਖਿਆ। ਇਸ ਪੁਸਤਕ ਦਾ ਇਹ ਕਹਿਣਾ, ਇਹ 12ਵੀਂ ਜਮਾਤ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਤਹਿਤ ਜੋ ਵਿਦਿਆਰਥੀ ਆਪਣੀ ਪੜ੍ਹਾਈ ਕਰਦੇ ਰਹੇ ਨੇ, ਇਹ ਇਸ ਪੁਸਤਕ ਦਾ 17ਵਾਂ ਐਡੀਸ਼ਨ ਹੈ ਜੋ ਕਿ 2008 ਵਿੱਚ ਇਹ ਲਾਗੂ ਸੀ ਪੰਜਾਬ ਦੇ ਵਿੱਚ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜਿਹੜੇ ਵਿਦਿਆਰਥੀ ਨੇ ਉਹ ਸਿੱਖ ਧਰਮ ਬਾਰੇ, ਖਾਸ ਕਰ ਖਾਲਸਾ ਪੰਥ ਦੀ ਸਾਜਨਾ ਬਾਰੇ ਅਗਰ ਉਹਨਾਂ ਨੂੰ ਕੋਈ ਜਾਣਕਾਰੀ ਲੈਣ ਦੀ ਲੋੜ ਪਈ ਸੀ ਤਾਂ ਉਹਨਾਂ ਨੂੰ ਜਾਣਕਾਰੀ ਇਹ ਮੁਹੱਈਆ ਕਰਵਾਈ ਜਾ ਰਹੀ ਸੀ ਕਿ ਸਿਰਫ ਜੱਟ ਜਿਹੜੀ ਕੌਮ ਹੈ, ਜੱਟ ਕਾਸਟ ਹੈ, ਉਹਨਾਂ ਦੇ ਸੁਭਾਅ ਬੜੇ ਨਿਡਰ, ਅਣਖੀ ਅਤੇ ਬਹਾਦਰ ਹੋਣ ਕਰਕੇ ਗੁਰੂ ਗੋਬਿੰਦ ਸਿੰਘ ਨੇ ਅਜਿਹੇ ਯੋਧਿਆਂ ਦਾ ਸਹਿਯੋਗ ਪ੍ਰਾਪਤ ਕਰਨਾ ਚਾਹੁੰਦੇ ਸਨ, ਜਿਸ ਕਾਰਨ ਉਹਨਾਂ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਇਹ ਖਾਲਸਾ ਪੰਥ ਦੀ ਸਿਰਜਣਾ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਸਿਰਫ ਜੱਟਾਂ ਦਾ ਸਹਿਯੋਗ ਲੈਣ ਵਾਸਤੇ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਇੱਥੇ ਹੀ ਨਹੀਂ ਰੁਕ ਰਹੀ, ਵੱਡੀ ਜਿਹੜੀ ਸਭ ਤੋਂ ਵੱਡੀ ਗੱਲ, ਬੜੀ ਅਫਸੋਸਨਾਕ ਗੱਲ ਹੈ, ਉਹ ਹੈ ਕਿ ਇਸ ਦੇ ਲੇਖਕ ਵੀ ਇੱਕ ਸਿੱਖ ਨੇ ਪੁਸਤਕ ਦੇ, ਜਿਨ੍ਹਾਂ ਦਾ ਹੈਗਾ ਮਨਜੀਤ ਸਿੰਘ ਸੋਢੀ ਨਾਮ ਹੈ, ਜਿਨ੍ਹਾਂ ਦਾ ਜਿਹੜਾ ਪਤਾ ਹੈ ਸਰਨਾਵਾ ਹੈ ਉਹ ਲਿਖਿਆ ਹੋਇਆ 17C ਮਾਡਲ ਹਾਊਸ ਜਲੰਧਰ ਸ਼ਹਿਰ। ਇਹ ਇੱਕ ਸਿੱਖ ਵੱਲੋਂ ਹੀ ਲਿਖਿਆ ਗਿਆ ਸਿੱਖ ਇਤਿਹਾਸ ਹੈ ਕਿ 10ਵੇਂ ਪਾਤਸ਼ਾਹੀ ਨੇ ਖਾਲਸਾ ਪੰਥ ਦੀ ਸਾਜਨਾ ਦਾ ਜੋ ਮਹਾਨ ਕਾਰਜ ਕੀਤਾ ਸੀਗਾ, ਜਿਸ ਤੋਂ ਸਿੱਖ ਧਰਮ ਦਾ ਇੱਕ ਜੰਗਜੂ ਰੂਪ ਅਤੇ ਸੰਤ ਸਿਪਾਹੀ ਵਾਲਾ ਜਿਹੜਾ ਉਹਨਾਂ ਦਾ ਉਹਨਾਂ ਨੂੰ ਜੋ ਕਿਹਾ ਗਿਆ ਸੀ
ਜਿੱਥੋਂ ਉਹ ਚੀਜ਼ ਜਿੱਥੋਂ ਉੱਭਰਦੀ ਹੈ, ਜਿੱਥੋਂ ਸ਼ੁਰੂਆਤ ਹੁੰਦੀ ਹੈ, ਤਾਂ ਉਹ ਉਸ ਮਹਾਨ ਜੋ ਇਤਿਹਾਸ ਦੀ ਉਹ ਮਹਾਨ ਘਟਨਾ ਸੀ ਖਾਲਸਾ ਪੰਥ ਦੀ ਸਾਜਨਾ, ਉਸ ਨੂੰ ਇਹ ਸਿੱਖ ਲੇਖਕ ਮਨਜੀਤ ਸਿੰਘ ਸੋਢੀ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੋਹਰ ਲੱਗੀ ਹੋਈ ਹੈ ਇਸ 'ਤੇ, ਇਹਦੀ ਇੱਕ ਤਰ੍ਹਾਂ ਨਾਲ ਤਾਈਦ ਕੀਤੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਨੇ। ਸਾਲ 2008 ਦੀ ਇਹ ਜਿਹੜੀ ਹੈਗੀ ਹੈ ਲਾਗੂ ਹੋਈ ਪੁਸਤਕ ਹੈ ਪੰਜਾਬ ਦੇ 12ਵੀਂ ਸਕੂਲਾਂ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ, ਕਿ ਖਾਲਸਾ ਪੰਥ ਦੀ ਸਾਜਨਾ ਜੱਟ ਕੌਮ ਦਾ ਜਿਹੜਾ ਹੈਗਾ ਸਹਿਯੋਗ ਲੈਣ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਕੀਤੀ ਸੀ। ਇੱਥੇ ਹੀ ਬਸ ਨਹੀਂ ਹੈ, ਇੱਥੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਬੰਦਾ ਸਿੰਘ ਬਹਾਦਰ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਸਿੱਖ ਰਾਜ ਦਾ ਮੁੱਢ ਜਿਨ੍ਹਾਂ ਤੋਂ ਅਸੀਂ ਬੱਝਿਆ ਮੰਨਦੇ ਹਾਂ, ਤਾਂ ਉਹਨਾਂ ਬਾਰੇ ਕੀ ਲਿਖ ਰਹੀ ਹੈ ਕਿ ਉਹਨਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਬੰਦਾ ਬਹਾਦਰ ਨੂੰ ਇੱਕ ਜ਼ਾਲਮ ਖੂਨ ਚੂਸਣ ਵਾਲਾ ਰਾਕਸ਼ਸ ਅਤੇ ਇੱਕ ਨਿਰਦਈ ਹਤਿਆਰਾ ਦੱਸਿਆ ਗਿਆ ਹੈ। ਮੁਸਲਿਮ ਇਤਿਹਾਸਕਾਰਾਂ ਜਿਵੇਂ ਕਿ ਗੁਲਾਮ ਮੁਹੱਈਉਦੀਨ, ਖਫੀ ਖਾਂ ਅਤੇ ਸੈਯਦ ਮੁਹੰਮਦ ਲਤੀਫ ਆਦਿ ਨੇ ਬੰਦਾ ਬਹਾਦਰ ਦੇ ਚਰਿੱਤਰ ਦੀ ਬੜੀ ਕਰੜੀ ਆਲੋਚਨਾ ਕੀਤੀ ਹੈ। ਕਹਿਣਾ ਹੈ ਕਿ ਬੰਦਾ ਬਹਾਦਰ ਨੇ ਹਜ਼ਾਰਾਂ ਹੀ ਨਿਰਦੋਸ਼ ਮੁਸਲਮਾਨਾਂ ਦਾ ਕਤਲੇਆਮ ਕੀਤਾ ਅਤੇ ਇਸਤਰੀਆਂ ਦੀ ਬੇਪਤੀ ਕੀਤੀ। ਉਸਨੇ ਮਸਜਿਦਾਂ ਨੂੰ ਅਪਵਿੱਤਰ ਕੀਤਾ, ਇੱਥੋਂ ਤੱਕ ਕਿ ਉਸਨੇ ਮੁਸਲਮਾਨਾਂ ਨੂੰ ਕਬਰਾਂ ਵਿੱਚ ਵੀ ਚੈਨ ਨਾ ਲੈਣ ਦਿੱਤਾ ਅਤੇ ਵੱਡੀ ਗਿਣਤੀ 'ਚ ਕਬਰਾਂ ਨੂੰ ਪੁਟਾ ਦਿੱਤਾ। ਪਰ ਇਹ ਬੰਦਾ ਬਹਾਦਰ ਬਾਰੇ ਜੋ ਨੇ ਉਹ ਸਿੱਖਿਆ ਜਿਹੜੀ ਹੈਗੀ ਹੈ ਇਹ ਪੁਸਤਕ ਦੇ ਰਹੀ ਹੈ। ਇਹ ਸਿੱਖ ਇਤਿਹਾਸ ਨਾਲ ਦੂਜੀ ਛੇੜਛਾੜ ਦੀ ਘਟਨਾ ਇਸ ਪੁਸਤਕ 'ਚ ਹੈ। ਇੱਥੇ ਹੀ ਬਸ ਨਹੀਂ ਹੈ, ਅਸੀਂ ਇਸ ਦੇ ਬਾਰੇ ਇਹ ਪੁਸਤਕ ਜਿਨ੍ਹਾਂ ਨੇ ਸਾਡੇ ਤੱਕ ਪੁੱਜਦੀ ਕੀਤੀ ਹੈ ਉਹ ਵੀ ਸਾਡੇ ਨਾਲ ਸ਼ਾਮਿਲ ਹੋ ਰਹੇ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਪਰ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹਾਂਗਾ ਕਿ ਇਸ 'ਚ ਕਿਹਾ ਕੀ ਹੈ। ਇੰਨਾ ਹੀ ਨਹੀਂ, ਇੱਥੇ ਇਹ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਕੀ ਕਹਿ ਰਹੀ ਹੈ, ਕੀ ਸਿੱਖਿਆ ਦੇ ਰਹੀ ਹੈ ਵਿਦਿਆਰਥੀਆਂ ਨੂੰ ਇਹ ਪੁਸਤਕ, ਤਾਂ ਇਹ ਗੁਲਾਮ ਹੁਸੈਨ ਦੇ ਹਵਾਲੇ ਨਾਲ ਕਹਿੰਦੇ ਨੇ ਕਿ ਗੁਰੂ ਜੀ ਨੇ ਆਪਣੇ ਹਜ਼ਾਰਾਂ ਹਥਿਆਰਬੰਦ ਪੈਰੋਕਾਰਾਂ ਨਾਲ ਮਿਲ ਕੇ ਲੁੱਟਮਾਰ ਸ਼ੁਰੂ ਕਰ ਦਿੱਤੀ। ਇਸ ਲੁੱਟਮਾਰ ਦੇ ਕੰਮ ਵਿੱਚ ਉਹਨਾਂ ਨੇ ਇੱਕ ਮੁਸਲਿਮ ਫਕੀਰ ਹਫੀਜ਼ ਅਹਿਮਦ ਨੂੰ ਵੀ ਆਪਣੇ ਨਾਲ ਮਿਲਾ ਲਿਆ। ਇਹਨਾਂ ਨੇ ਸਾਰੇ ਪੰਜਾਬ 'ਚ ਤਬਾਹੀ ਮਚਾਈ ਹੋਈ ਸੀ, ਇਸ ਕਾਰਨ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਗਵਾਲੀਅਰ ਭੇਜ ਦਿੱਤਾ ਗਿਆ। ਇੱਥੇ ਗੁਰੂ ਜੀ ਦੇ ਸਰੀਰ ਦੇ ਚਾਰ ਟੁਕੜੇ ਕਰਕੇ ਕਿਲ੍ਹੇ ਦੇ ਚਾਰੇ ਦਰਵਾਜ਼ਿਆਂ 'ਤੇ ਲਟਕਾ ਦਿੱਤੇ ਗਏ। ਇਹ ਪੁਸਤਕ ਸਿੱਖ ਇਤਿਹਾਸ ਦੱਸ ਰਹੀ ਹੈ, ਜੋ ਕਿ ਇੱਕ ਸਿੱਖ ਵੱਲੋਂ ਹੀ ਲਿਖੀ ਗਈ ਪੁਸਤਕ ਹੈ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ 2008 ਦੇ ਵਿੱਚ, ਜਨਵਰੀ 2008 ਦੇ ਵਿੱਚ ਬਕਾਇਦਾ ਉਹਦਾ ਨੰਬਰ ਵੀ ਹੈ ਕਿ ਕਿਹੜਾ ਔਰਡਰ ਹੋਇਆ ਸੀ ਅਤੇ ਕਿਸ ਤਰ੍ਹਾਂ ਇਹ ਲਾਗੂ ਕੀਤੀ ਗਈ ਸੀ। ਇੱਥੇ ਹੀ ਬਸ ਨਹੀਂ, ਇਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਕਿ ਗੁਰੂ ਨਾਨਕ ਸਾਹਿਬ ਬਾਰੇ, ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਸਾਹਿਬ ਬਾਰੇ ਇਹ ਪੁਸਤਕ ਕੀ ਕਹਿ ਰਹੀ ਹੈ। ਇਹ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਨੇ ਕਿਸੇ ਨਵੀਂ ਸੰਸਥਾ ਦੀ ਸਥਾਪਨਾ ਨਹੀਂ ਕੀਤੀ ਸੀ। ਗੁਰੂ ਨਾਨਕ ਸਾਹਿਬ ਸਿੱਖ ਧਰਮ ਦੇ ਮੋਢੀ ਨੇ, ਸਿੱਖ ਧਰਮ ਦੇ ਬਾਨੀ ਨੇ, ਅਤੇ ਪੁਸਤਕ ਕੀ ਇਤਿਹਾਸ ਦੱਸ ਰਹੀ ਹੈ ਗੁਰੂ ਨਾਨਕ ਸਾਹਿਬ ਦਾ, ਕਿ ਗੁਰੂ ਨਾਨਕ ਸਾਹਿਬ ਨੇ ਕਿਸੇ ਨਵੀਂ ਸੰਸਥਾ ਦੀ ਸਥਾਪਨਾ ਨਹੀਂ ਕੀਤੀ। ਗੁਰੂ ਸਾਹਿਬ ਦੁਆਰਾ ਸਥਾਪਿਤ ਸੰਗਤ ਸੰਸਥਾ ਬੋਧੀਆਂ ਦੇ ਸੰਘ ਵਾਂਗ ਸੀ, ਬੋਧੀਆਂ ਦੇ ਸੰਘ ਨਾਲ ਤੁਲਨਾ ਕੀਤੀ। ਗੁਰਗੱਦੀ ਨੂੰ ਕਾਇਮ ਕਰਨਾ ਕੋਈ ਨਵੀਂ ਸੰਸਥਾ ਨਹੀਂ ਸੀ। ਗੁਰਗੱਦੀ ਜੋ ਕਿ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੁੰਦੀ ਹੈ, ਉਸ ਨੂੰ ਕਾਇਮ ਕਰਨਾ ਕੋਈ ਨਵੀਂ ਸੰਸਥਾ ਨਹੀਂ ਦੱਸ ਰਹੀ ਹੈ ਪੁਸਤਕ। ਹਿੰਦੂਆਂ ਦੇ ਬਹੁਤ ਸਾਰੇ ਧਾਰਮਿਕ ਧੜਿਆਂ ਵਿੱਚ ਗੁਰਗੱਦੀ ਨੂੰ ਕਾਇਮ ਰੱਖਣ ਦੀ ਪ੍ਰਥਾ ਪ੍ਰਚਲਿਤ ਸੀ, ਕਿ ਇਹ ਪਹਿਲਾਂ ਹੀ ਪ੍ਰਚਲਿਤ ਸੀਗੀ। ਸਿੱਖ ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਦੀ ਨੀਂਹ ਰੱਖ ਕੇ ਸਿੱਖ ਧਰਮ ਦੀ ਜਿਹੜੇ ਉਹ ਉਹਨਾਂ ਨੇ ਸ਼ੁਰੂਆਤ ਕੀਤੀ, ਇਹ ਕੋਈ ਨਵੀਂ ਗੱਲ ਨਹੀਂ ਸੀ। ਅੱਜ ਵੀ ਸ਼ੰਕਰਾਚਾਰਿਆ ਦੁਆਰਾ ਸਥਾਪਿਤ ਕੀਤੇ ਮੱਠਾਂ ਨੂੰ ਗੁਰੂ ਹੀ ਚਲਾ ਰਹੇ ਹਨ। ਸ਼ੰਕਰਾਚਾਰਿਆ ਦੇ ਮੱਠਾਂ ਦੇ ਗੁਰੂਆਂ ਨਾਲ ਸਿੱਖ ਗੁਰੂਆਂ ਦੀ ਤੁਲਨਾ ਕਰਦੀ ਇਹ ਪੁਸਤਕ ਨਜ਼ਰ ਆ ਰਹੀ ਹੈ। ਮੈਂ ਦੁਬਾਰਾ ਦੱਸ ਦੇਣਾ ਚਾਹੁੰਦਾ, ਇਹ ਰਿਕਮੈਂਡਡ ਬਾਏ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਮੋਹਾਲੀ, ਅਤੇ ਇਹ ਲੈਟਰ ਹੈ ਜਿਹਦੇ ਥਰੂ ਇਹ ਔਰਡਰ ਹੋਇਆ ਸੀ 2008/24
2 ਜਨਵਰੀ 2008 ਦਾ ਹੈ। 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਗਈ ਇਹ ਪੁਸਤਕ ਹੈ, ਜਿਹਦਾ ਲੇਖਕ ਵੀ ਇੱਕ ਸਿੱਖ ਹੈ, ਮਨਜੀਤ ਸਿੰਘ ਸੋਢੀ ਉਸ ਦਾ ਨਾਮ ਹੈ, ਅਤੇ ਪਬਲੀਕੇਸ਼ਨ ਜਿਹੜੀ ਹੈਗੀ ਹੈ ਮਾਡਰਨ ਜਿਹੜੀ ਬੜੀ ਮਸ਼ਹੂਰ ਪਬਲੀਕੇਸ਼ਨ ਹੈ ਉਹਨਾਂ ਦੀ ਹੈ, ਅਤੇ ਪੰਜਾਬ ਦੇ ਵਿਦਿਆਰਥੀਆਂ ਨੇ ਇਹ ਸਿੱਖ ਇਤਿਹਾਸ ਪੜ੍ਹਿਆ ਹੈ। ਹੁਣ ਤੁਹਾਨੂੰ ਤੁਹਾਡਾ ਤਾਰਫ ਕਰਾਉਂਦੇ ਹਾਂ ਕਿ ਇਹ ਪੁਸਤਕ ਸਾਡੇ ਤੱਕ ਕਿਸ ਨੇ ਪੁੱਜਦੀ ਕੀਤੀ ਨੇ। ਉਹ ਨੇ ਦਲ ਖਾਲਸਾ ਦੇ ਸੀਨੀਅਰ ਲੀਡਰ ਸਿਰਸਾ ਸਾਹਿਬ। ਸਿਰਸਾ ਸਾਹਿਬ ਤੁਹਾਡਾ ਸਵਾਗਤ ਹੈ ਜੀ। ਪਹਿਲਾਂ ਤਾਂ ਧੰਨਵਾਦ ਤੁਹਾਡਾ ਕਿ ਤੁਸੀਂ ਪਹਿਲਾਂ ਵੀ ਇੱਕ ਵਾਰੀ ਤੁਸੀਂ ਨਾਮਧਾਰੀਆਂ ਵੱਲੋਂ ਸਿੱਖ ਧਰਮ ਨਾਲ ਛੇੜਛਾੜ ਕੀਤੇ ਹੋਣ ਦਾ ਮੁੱਦਾ, ਉਸ ਤੋਂ ਬਾਅਦ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪਾਇਆ ਗਿਆ ਜੋ ਸਿੱਖ ਇਤਿਹਾਸ ਹੈ, ਉਸ ਵਿੱਚ ਕਿੰਨੀਆਂ ਬੱਜਰ ਗਲਤੀਆਂ ਅਤੇ ਕਿੰਨੇ ਜਿਹੜੀ ਗਲਤ ਤਰੀਕੇ ਨਾਲ ਸਿੱਖ ਧਰਮ ਨੂੰ ਪੇਸ਼ ਕੀਤਾ ਗਿਆ, ਅਤੇ ਹੁਣ ਤੁਸੀਂ ਇਹ ਪੁਸਤਕ ਸਾਡੇ ਤੱਕ ਪੁੱਜਦੀ ਕੀਤੀ ਹੈ। ਪਹਿਲਾਂ ਇਸ ਬਾਰੇ ਦੱਸੋ ਕਿ ਇਹ ਪੁਸਤਕ ਤੁਹਾਨੂੰ ਕਿਵੇਂ ਮਿਲੀ ਹੈ ਅਤੇ ਕੀ ਇਹਦੀ ਬੈਕਗਰਾਊਂਡ ਹੈ। ਹਾਂਜੀ ਨੀਰ ਭੁਪਿੰਦਰ ਜੀ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਇਹ ਜਿਹੜੀ ਪੁਸਤਕ, ਮੈਂ ਇਸ ਪੁਸਤਕ ਦੇ ਵਿੱਚ ਜਦੋਂ ਤਹਿ ਤੱਕ ਗਿਆ, ਜਿਸ ਟਾਈਮ 'ਤੇ ਸੁਖਬੀਰ ਬਾਦਲ ਅਤੇ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨਾਂ ਨੇ ਧਰਨੇ ਦਿੱਤੇ, ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜਿਹੜੀ ਮੌਜੂਦਾ ਕਾਂਗਰਸ ਸਰਕਾਰ ਦੇ ਇਹਨਾਂ ਨੇ ਐਲੀਗੇਸ਼ਨ ਲਾਏ ਸਨ ਕਿ ਜਿਹੜੀ ਮੌਜੂਦਾ ਪੰਜਾਬ ਕਾਂਗਰਸ ਸਰਕਾਰ ਹੈ, ਇਹਨਾਂ ਨੇ ਪਲੱਸ ਟੂ ਦੇ ਬੱਚਿਆਂ ਨੂੰ ਜੋ ਸਿਲੇਬਸ ਪੜ੍ਹਾਇਆ ਜਾ ਰਿਹਾ ਉਹਦੇ ਵਿੱਚ ਗੁਰੂ ਸਾਹਿਬਾਂ ਦੇ ਖਿਲਾਫ਼ ਬਹੁਤ ਗਲਤ ਲਿਖਿਆ, ਸਿੱਖ ਇਤਿਹਾਸ ਦੇ ਖਿਲਾਫ਼ ਗਲਤ ਲਿਖਿਆ, ਸਿੱਖ ਯੋਧੇ ਜਿਹੜੇ ਸੀ ਉਹਨਾਂ ਦੇ ਖਿਲਾਫ਼ ਲਿਖਿਆ, ਅਤੇ ਇਹਨਾਂ ਨੇ ਧਰਨੇ ਵੀ ਦਿੱਤੇ। ਔਰ ਤੁਹਾਨੂੰ ਯਾਦ ਹੋਏਗਾ ਕਿ 31 ਅਕਤੂਬਰ ਨੂੰ ਇੱਕ ਅਖ਼ਬਾਰ ਦਾ ਪੂਰਾ ਪੇਜ ਇਹਨਾਂ ਨੇ ਜਿਹੜਾ ਸੀ ਉਸ ਇਸ਼ਤਿਹਾਰ ਦੇ ਰੂਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਵਾਇਆ, ਔਰ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਉੱਤੇ ਕੁਐਸਚਨ ਕਰਦੇ ਨੇ ਕਿ ਇਹ ਜਿਹੜੀ ਚੀਜ਼ ਪੜ੍ਹਾਈ ਜਾ ਰਹੀ ਹੈ ਕੀ ਤੁਸੀਂ ਇਹਦੇ ਨਾਲ ਸਹਿਮਤ ਹੋ। ਸੋ ਉਹ ਸਾਰੇ ਕੁਐਸਚਨ ਮਾਰਕ ਕਰਕੇ ਅਤੇ ਇਹਨਾਂ ਨੇ ਸੁਣਿਆ, ਅਤੇ ਮੈਂ ਫਿਰ ਮੈਨੂੰ ਕਿਸੇ ਤੋਂ ਪਤਾ ਲੱਗਾ ਵੀ ਇਹ ਜਿਹੜੇ ਲੋਕ ਅੱਜ ਬੋਲ ਰਹੇ ਨੇ ਅਤੇ ਇਹਨਾਂ ਦੇ ਟਾਈਮ 'ਤੇ ਵੀ ਤਾਂ ਕਿਤਾਬਾਂ ਇਹੋ ਚੱਲਦੀਆਂ ਸੀ। ਮੈਂ ਫਿਰ ਉਹਦੀ ਤਹਿ ਤੱਕ ਗਿਆ, ਮੈਂ ਫਿਰ ਵੱਖ ਵੱਖ ਪਬਲਿਸ਼ਰਾਂ ਦੀਆਂ ਜਿਹੜੀਆਂ ਨੇ ਉਹ ਕਿਤਾਬਾਂ ਜਿਹੜੀਆਂ ਨੇ ਇਕੱਠੀਆਂ ਕੀਤੀਆਂ, ਔਰ ਇਹ ਕਿਤਾਬ ਜਦੋਂ ਮੇਰੇ ਹੱਥ 'ਚ ਆਈ, ਔਰ ਤੁਸੀਂ ਹੈਰਾਨ ਹੋਵੋਗੇ ਕਿ ਇਸ ਕਿਤਾਬ ਦੇ ਵਿੱਚ ਤੁਹਾਡੇ ਸਾਹਮਣੇ ਆ ਸਾਰਾ ਕੁਝ ਤੁਹਾਨੂੰ ਦੇ ਦਿੱਤੀ ਹੈ ਔਰ ਤੁਸੀਂ ਪੜ੍ਹ ਕੇ ਆਪ ਸੁਣਾ ਦਿੱਤੀ। ਔਰ ਇਸ ਕਿਤਾਬ ਦੇ ਵਿੱਚ ਜੋ ਲਿਖਿਆ, ਜੋ ਹੁਣ ਮੌਜੂਦਾ ਪੰਜਾਬ ਸਰਕਾਰ ਨੇ ਜੋ ਚੈਪਟਰ ਤਿਆਰ ਕਰਾਏ ਜਾ ਰਹੇ ਸਨ ਉਹਨਾਂ 'ਤੇ ਜਦੋਂ ਉਹ ਕਿੰਤੂ ਪ੍ਰਤੂ ਉੱਠਿਆ ਅਤੇ ਉਹਨਾਂ ਨੇ ਉਹ ਸਾਰੇ ਚੈਪਟਰ ਜਿਹੜੇ ਸੀ ਆਪਣੇ ਵਾਪਸ ਲੈ ਲਏ, ਅਜੇ ਕਿਤਾਬ ਦਾ ਰੂਪ ਨਹੀਂ ਦਿੱਤਾ ਗਿਆ, ਅਤੇ ਉਹਨਾਂ ਨੇ ਪੰਜਾਬ ਸਰਕਾਰ ਨੇ, ਮੌਜੂਦਾ ਪੰਜਾਬ ਸਰਕਾਰ ਨੇ ਇਹ ਜਿਹੜੀ ਕਿਤਾਬ ਆ ਇਹ ਪਿਛਲੀ ਹੀ ਪੜ੍ਹਾਉਣੀ ਸ਼ੁਰੂ ਕਰ ਦਿੱਤੀ। ਹੁਣ ਮੈਂ ਇੱਥੇ ਜਿਹੜੀ ਮੌਜੂਦਾ ਪੰਜਾਬ ਸਰਕਾਰ ਹੈ, ਮੈਂ ਇਹਦੀ ਵਕਾਲਤ ਨਹੀਂ ਕਰ ਰਿਹਾ ਕਿ ਇਹ ਠੀਕ ਨੇ, ਜੋ ਕੰਮ ਉਹਨਾਂ ਨੇ ਕੀਤਾ ਉਹੀ ਇਹਨਾਂ ਨੇ ਕਰਤਾ। ਪਰ ਅਫਸੋਸ ਇਸ ਗੱਲ ਦਾ ਹੈ ਕਿ ਇਸ ਕਿਤਾਬ 'ਚ ਜੋ ਲਿਖਿਆ ਗਿਆ ਹੈ, ਜਿਸ ਤਰ੍ਹਾਂ ਕਿ ਸਿੱਖ ਧਰਮ ਦੇ ਬਾਨੀ ਬਾਰੇ ਲਿਖਿਆ, ਗੁਰੂ ਨਾਨਕ ਪਾਤਸ਼ਾਹ ਸਿੱਖ ਧਰਮ ਦੇ ਬਾਨੀ ਨੇ, ਉਹ ਮੋਢੀ ਨੇ, ਸਭ ਤੋਂ ਪਹਿਲਾਂ ਸਿੱਖ ਧਰਮ ਦੀ ਨੀਂਹ ਉਹਨਾਂ ਨੇ ਰੱਖੀ ਆ, ਅਤੇ ਉਹਨਾਂ ਨੇ ਉਸ ਟਾਈਮ ਦੇ ਉੱਤੇ ਜਿਸ ਤਰ੍ਹਾਂ ਆਮ ਮਤਲਬ ਕਿ ਕਹਾਵਤ ਹੈ ਕਿ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ 'ਤੇ ਗਿਆਨੀ ਸਿਆਣਾ, ਉਹਨਾਂ ਨੇ ਸਾਰਿਆਂ ਦਾ ਵਿਰੋਧ ਕੀਤਾ। ਜਿਸ ਹਿੰਦੂਇਜ਼ਮ ਨੂੰ ਉਹਨਾਂ ਨੇ ਅੰਨਾ ਦੱਸਿਆ ਉਹਦੇ ਬਾਰੇ ਕਹਿੰਦੇ ਨੇ ਕਿ ਇਸ ਕਿਤਾਬ 'ਚ ਲਿਖਿਆ ਹੈ ਕਿ ਉਹਨਾਂ ਦਾ ਕੋਈ ਵਿਰੋਧ ਹੀ ਨਹੀਂ ਕੀਤਾ। ਫਿਰ ਉਹ ਕਹਿੰਦੇ ਨੇ ਕਿ ਉਹਨਾਂ ਨੇ ਨਵੀਂ ਸੰਸਥਾ ਨਹੀਂ ਚਲਾਈ। ਜੇ ਨਵੀਂ ਸੰਸਥਾ ਨਹੀਂ ਚਲਾਈ ਤਾਂ ਸਿੱਖ ਧਰਮ ਦੇ ਬਾਨੀ ਕਿਸ ਤਰ੍ਹਾਂ ਨੇ ਪਹਿਲੇ ਗੁਰੂ, ਜੇ ਉਹਨਾਂ ਨੇ ਕੋਈ ਨਵਾਂ ਇਤਿਹਾਸ ਹੀ ਨਹੀਂ ਸ਼ੁਰੂ ਕੀਤਾ, ਰਚਿਆ ਨਹੀਂ, ਨਵਾਂ ਧਰਮ ਨਹੀਂ ਚਲਾਇਆ, ਅਤੇ ਫਿਰ ਸਿੱਖ ਗੁਰੂ ਨਾਨਕ ਪਾਤਸ਼ਾਹ ਨੂੰ ਸਿੱਖ ਧਰਮ ਦੇ ਬਾਨੀ ਕਿਵੇਂ ਕਿਹਾ ਜਾਂਦਾ? ਇੱਕ ਸਵਾਲ ਹੈ। ਅਗਲੀ ਗੱਲ ਉਹਨਾਂ ਨੇ ਇਹ ਕੀਤੀ ਹੈ
ਕਿ ਜਿਸ ਤਰ੍ਹਾਂ ਉਹ ਕਹਿੰਦੇ ਨੇ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਗ੍ਰਿਫਤਾਰ ਕਰਕੇ ਅਤੇ ਗਵਾਲੀਅਰ ਦੇ ਕਿਲੇ ਦੇ ਵਿੱਚ ਜਿਹੜਾ ਸੀ ਉਹ ਬੰਦ ਕੀਤਾ ਗਿਆ, ਔਰ ਉਸ ਤੋਂ ਬਾਅਦ ਉਹਨਾਂ ਦੇ ਸਰੀਰ ਦੇ ਚਾਰ ਟੁਕੜੇ ਕਰਕੇ ਗਵਾਲੀਅਰ ਦੇ ਕਿਲੇ ਦੇ ਚੌਂ ਦਰਵਾਜ਼ਿਆਂ ਨਾਲ ਉਹ ਸਰੀਰ ਦੇ ਟੁਕੜੇ ਜਿਹੜੇ ਸੀ ਉਹ ਟੰਗੇ ਗਏ। ਅੱਜ ਤੱਕ ਇਹ ਕਦੀ ਕਿਸੇ ਨੇ ਪੜ੍ਹਿਆ ਹੀ ਨਹੀਂ, ਕਦੀ ਸੁਣਿਆ ਹੀ, ਔਰ ਇਹ ਪਲੱਸ ਟੂ ਦੀਆਂ ਕਿਤਾਬਾਂ 'ਚ 2008 ਤੋਂ ਲੈ ਕੇ ਇਹ ਪੜ੍ਹਾਉਂਦਾ ਜਾ ਰਿਹਾ। ਫਿਰ ਇਹਦੇ ਵਿੱਚ ਇਹ ਵੀ ਲਿਖਿਆ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਜਿਹੜੀ ਖਾਲਸੇ ਦੀ ਸਿਰਜਣਾ ਕੀਤੀ ਹੈ, ਇਹ ਗੁਰੂ ਹਰਗੋਬਿੰਦ ਪਾਤਸ਼ਾਹ ਅਤੇ ਜਿਹੜੀ ਜੱਟ ਬਰਾਦਰੀ ਹੈ, ਵੀ ਇਹਨਾਂ ਇਹ ਬੜੇ ਲੜਾਕੇ ਸਨ, ਬੜੇ ਯੋਧੇ ਸਨ, ਨਿਡਰ ਸਨ, ਅਤੇ ਗੁਰੂ ਗੋਬਿੰਦ ਸਿੰਘ ਨੇ ਕੇਵਲ ਇਹਨਾਂ ਨੂੰ ਨਾਲ ਰੱਖਣ ਵਾਸਤੇ ਜਿਹੜਾ ਸੀ ਉਹ ਉਹਨਾਂ ਨੇ ਇਹਨਾਂ ਨੂੰ ਖਾਲਸੇ ਦੀ ਸਿਰਜਣਾ ਕੀਤੀ। ਪਰ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਦੀ ਸਿਰਜਣਾ ਤਾਂ ਕੀਤੀ ਜ਼ੁਲਮ ਦੇ ਖਿਲਾਫ਼। ਇਹਦਾ ਆਪਾਂ ਥੋੜ੍ਹਾ ਜਿਹਾ ਪਿਛੋਕੜਾ ਚੱਲ ਜਾਈਏ, ਵੀ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਦਿੱਲੀ 'ਚ ਸ਼ਹੀਦ ਕੀਤਾ ਗਿਆ, ਬਾਬਾ ਜੀਵਨ ਸਿੰਘ ਜੀ ਜਦੋਂ ਗੁਰੂ ਗੋਬਿੰਦ ਸਿੰਘ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸੀਸ ਲੈ ਕੇ ਗੁਰੂ ਗੋਬਿੰਦ ਸਿੰਘ ਕੋਲ ਆਏ, ਤਾਂ ਉਹਨਾਂ ਨੇ ਪੁੱਛਿਆ ਕਿ ਉੱਥੇ ਕੋਈ ਸਿੱਖ ਜਿਹੜਾ ਸੀ ਗੁਰੂ ਸਾਹਿਬ ਦਾ ਸੀਸ ਲੈਣ ਵਾਸਤੇ ਜਾਂ ਸਰੀਰ ਲੈਣ ਵਾਸਤੇ ਕੋਈ ਆਇਆ? ਅਤੇ ਬਾਬਾ ਬੰਦਾ ਸਿੰਘ ਬਾਬਾ ਜੀਵਨ ਸਿੰਘ ਜੀ ਨੇ ਇਹ ਵਚਨ ਕੀਤਾ ਕਿ ਉੱਥੇ ਜੀ ਸਾਹਮਣੇ ਕੋਈ ਨਹੀਂ ਆਇਆ। ਦਿੱਲੀ 'ਚ ਉਸ ਟਾਈਮ 'ਤੇ ਵੀ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸਨ, ਲੇਕਿਨ ਸਾਹਮਣੇ ਨਹੀਂ ਆਇਆ। ਉਸ ਟਾਈਮ 'ਤੇ ਗੁਰੂ ਗੋਬਿੰਦ ਸਿੰਘ ਨੇ ਫੈਸਲਾ ਕੀਤਾ ਕਿ ਮੈਂ ਐਸੇ ਖਾਲਸਾ ਪੰਥ ਦੀ ਸਿਰਜਣਾ ਕਰਾਂਗਾ ਜਿਹੜਾ ਹਜ਼ਾਰਾਂ ਨਹੀਂ ਲੱਖਾਂ ਨਹੀਂ ਕਰੋੜਾਂ ਦੀ ਗਿਣਤੀ 'ਚ ਵੀ ਜੇ ਇੱਕ ਖਲੋਤਾ ਹੈਗਾ ਤਾਂ ਉਹ ਦੂਰੋਂ ਪਹਿਚਾਣਿਆ ਜਾਵੇਗਾ। ਉਹਨਾਂ ਨੇ ਜ਼ੁਲਮ ਦੇ ਖਿਲਾਫ਼ ਇਹ ਖਾਲਸਾ ਪੰਥ ਦੀ ਸਿਰਜਣਾ ਕੀਤੀ, ਜਿਹਦੀ ਨੀਂਹ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਰੱਖੀ ਸੀ। 10 ਜਾਮੇ ਲੱਗੇ ਨੇ ਇਸ ਖਾਲਸਾ ਪੰਥ ਨੂੰ ਸੰਪੂਰਨ ਕਰਨ 'ਤੇ, ਅਤੇ ਉਹਦੇ ਵਿੱਚ ਇਹਨਾਂ ਨੇ ਸਾਰਾ ਕੁਛ ਹੀ ਇਹ ਜੋ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਸਭ ਕੁਝ ਖਤਮ ਕਰਤਾ। ਫਿਰ ਇਹ 'ਚ ਜੋ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਕਿ ਮਤਲਬ ਕਿ ਕਿਸਾਨਾਂ ਦੇ ਮਸੀਹਾ ਗਿਣੇ ਜਾਂਦੇ, ਔਰ ਜਿਨ੍ਹਾਂ ਨੇ ਜ਼ਾਲਮਾਂ ਦੀ ਉਸ ਟਾਈਮ 'ਤੇ ਛੋਟੇ ਸਾਹਿਬਜ਼ਾਦਿਆਂ ਦਾ ਜਿਨ੍ਹਾਂ ਨੀਹਾਂ ਦੇ ਵਿੱਚ ਚਿਣ ਕੇ ਉਹਨਾਂ ਦੇ ਉੱਤੇ ਸ਼ਹੀਦ ਜਿਨ੍ਹਾਂ ਨੂੰ ਕੀਤਾ ਸੀ, ਉਹਨਾਂ ਜ਼ਾਲਮਾਂ ਨੂੰ ਜਿਹੜਾ ਸੀ ਉਹ ਕਿਸ ਤਰ੍ਹਾਂ ਉਹਨਾਂ ਨੇ ਮੌਤ ਦੇ ਘਾਟ ਉਤਾਰਿਆ, ਸਰਹੰਦ ਦੀ ਇੱਟ ਨੇ ਇੱਟ ਖੜਕਾ ਦਿੱਤੀ, ਸਿੱਖ ਰਾਜ ਕਾਇਮ ਕੀਤਾ, ਅਤੇ ਉਹਨਾਂ ਨੂੰ ਜਿਹੜਾ ਕਿਹਾ ਜਾਂਦਾ ਕਿ ਖੂਨ ਚੂਸਣ ਵਾਲਾ ਇੱਕ ਜ਼ਾਲਮ ਸੀ, ਰਾਕਸ਼ ਸੀ। ਫਿਰ ਜਿਨ੍ਹਾਂ ਨੇ ਧੀਆਂ ਭੈਣਾਂ ਦੀ ਜਿਹੜੀ ਸੁਰੱਖਿਆ ਕਰਦੇ ਸੀ, ਰੱਖਿਆ ਕਰਦੇ ਸਨ, ਉਹਨਾਂ ਦੇ ਬਾਰੇ ਕਹਿ ਦਿੱਤਾ ਕਿ ਉਹ ਔਰਤਾਂ ਦਾ ਬੇਪਤੀ ਕਰਦੇ ਸਨ। ਏਡੇ ਵੱਡੇ ਇਲਜ਼ਾਮ ਇਹ ਲਾਏ ਨੇ ਕਿੰਨੇ? ਇਹ ਪ੍ਰਕਾਸ਼ ਸਿੰਘ ਬਾਦਲ ਦੀ ਜਦੋਂ ਸਰਕਾਰ ਸੀ 2008 'ਚ, ਉਸ ਟਾਈਮ 'ਤੇ ਇਹ ਕਿਤਾਬ ਜਿਹੜੀ ਆ ਪਬਲਿਸ਼ ਹੋਈ ਹੈ, ਅਤੇ ਫਿਰ ਇਹ ਲੰਬਾ ਸਮਾਂ ਕਿਤਾਬ ਜਿਹੜੀ ਪੜ੍ਹਾਈ ਗਈ ਆ। ਹੈਰਾਨਗੀ ਨੀਰ ਭੁਲੰਦਰ ਜੀ ਇਸ ਗੱਲ, ਮੈਂ ਸਵਾਲ ਕਰਨਾ ਚਾਹੁੰਦਾ ਤੁਹਾਡੀ ਰਾਹੀਂ, ਇਹ 2008 ਤੋਂ ਲੈ ਕੇ ਕਿਤਾਬ ਪੜ੍ਹਾਈ ਹੈ, ਅਤੇ ਅੱਜ ਵੀ ਜਦੋਂ ਮੌਜੂਦਾ ਪੰਜਾਬ ਸਰਕਾਰ 'ਤੇ ਸਵਾਲ ਉਠਾਏ ਸੁਖਬੀਰ ਬਾਦਲ ਨੇ ਕਿ ਇਹਨਾਂ ਨੇ ਜੀ ਸਿਲੇਬਸ ਦੇ ਵਿੱਚ ਵਿਗਾੜ ਕਰਤਾ, ਅਤੇ ਪੰਜਾਬ ਸਰਕਾਰ ਨੇ ਨਹੀਂ ਵੇਖਿਆ ਕਿ ਜਿਹੜੀਆਂ ਪਿਛਲੀਆਂ ਕਿਤਾਬਾਂ ਸੁਖਬੀਰ ਦੇ ਟਾਈਮ 'ਤੇ ਪੜ੍ਹਾਈਆਂ ਗਈਆਂ ਨੇ ਪ੍ਰਕਾਸ਼ ਸਿੰਘ ਬਾਦਲ ਦੇ, ਉਹ ਕੀ ਸਨ? ਉਹਨਾਂ ਨੇ ਵੀ ਇਹੀ ਲਾਗੂ ਕਰਤੀ ਹੈ? ਕੀ ਇਹ ਦੋਸ਼ੀ ਨਹੀਂ ਬਰਾਬਰ ਦੇ? ਸੋ ਅਗਲੀ ਗੱਲ, ਹਾਂ ਹੁਣ ਤੁਸੀਂ ਕੀ ਕੋਈ ਕਾਨੂੰਨੀ ਕਾਰਵਾਈ ਕਰ ਰਹੇ ਹੋ, ਕੁਝ ਅੱਗੇ ਕੀ ਕਰ ਰਹੇ ਹੋ ਤੁਸੀਂ? ਮੈਂ ਥੋੜ੍ਹੀ ਜਿਹੀ ਇੱਕ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹੈ ਜੀ, ਕਿ ਇਹ ਸਕੂਲਾਂ 'ਚ ਪਲੱਸ ਟੂ ਦੇ ਬੱਚਿਆਂ ਨੂੰ ਪੜ੍ਹਾਈ ਨਹੀਂ ਕੀਤਾ? ਨੀਰ ਭੁਲਿੰਦਰ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੇਰਾ ਪੋਤਰਾ 5 ਸਾਲ ਦਾ ਸੀ ਜਿਸ ਦਿਨ ਮੈਂ ਉਹਨੂੰ ਚਾਰੋਂ ਸਾਹਿਬਜ਼ਾਦਿਆਂ ਦੀ ਫਿਲਮ ਵਿਖਾ ਕੇ ਲਿਆ। ਉਸ ਮੇਰੇ ਪੋਤਰੇ ਨੇ ਫਿਲਮ ਵੇਖਣ ਤੋਂ ਬਾਅਦ ਉਹ ਅੱਜ ਤੱਕ ਵੀ ਜਿਹੜਾ ਉਹ ਭੁੱਲਿਆ ਨਹੀਂ, ਅਤੇ ਉਹ ਗੱਲ ਕਰਦਾ, ਅਤੇ ਉਸੇ ਟਾਈਮ 'ਤੇ ਜਦੋਂ ਮੈਨੂੰ ਗੱਲ ਕਰਨੀ ਹੋਵੇ ਤਾਂ ਮੇਰਾ ਗੱਲ ਕਰਦਾ ਕਿ ਦਾਦੂ
ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਕਿਉਂ ਚਿਣਿਆ ਗਿਆ, ਕੀ ਕਾਰਨ ਸੀ? ਉਹ ਜਦੋਂ ਵੀ ਚੇਤਾ ਆਉਂਦਾ ਗੱਲ ਕਰਦਾ ਮੇਰੇ ਨਾਲ। ਮੈਂ ਹੈਰਾਨ ਇਸ ਗੱਲ ਤੋਂ ਹਾਂ ਵੀ ਪਲੱਸ ਟੂ ਦੇ ਬੱਚੇ 17-17, 18-18 ਸਾਲ ਦੇ, 20-20 ਸਾਲ ਦੇ ਪਲੱਸ ਟੂ ਪੜ੍ਹਦੇ ਨੇ, ਕਿਸੇ ਬੱਚੇ ਨੇ ਆ ਕੇ ਘਰ 'ਚ ਗੱਲ ਨਹੀਂ ਕੀਤੀ ਵੀ ਸਾਨੂੰ ਸਕੂਲਾਂ ਦੇ ਵਿੱਚ ਆਹ ਜਿਹੜਾ ਇਤਿਹਾਸ ਪੜ੍ਹਾਇਆ ਜਾ ਰਿਹਾ ਇਹ ਇਸ ਤਰ੍ਹਾਂ ਦਾ ਪੜ੍ਹਾਇਆ ਜਾ ਰਿਹਾ? ਕਿਸੇ ਮਾਂ ਪਿਓ ਨੇ ਨਹੀਂ ਸੋਚਿਆ? ਇਸ ਜੇ ਆਪਾਂ ਬੱਚਿਆਂ ਨੂੰ ਛੱਡ ਵੀ ਦਈਏ, ਜਿਨ੍ਹਾਂ ਟੀਚਰਾਂ ਨੇ 2008 ਤੋਂ ਲੈ ਕੇ ਹੁਣ ਤੱਕ ਇਹ ਕਿਤਾਬ ਸਕੂਲਾਂ 'ਚ ਬੱਚਿਆਂ ਨੂੰ ਪੜ੍ਹਾਈ ਹੈ, ਕੀ ਉਹਨਾਂ ਟੀਚਰਾਂ ਨੂੰ ਸਾਡੇ ਸਿੱਖ ਇਤਿਹਾਸ ਬਾਰੇ ਪਤਾ ਨਹੀਂ? ਨੀਲ ਭੁਲਿੰਦਰ ਜੀ, ਕੀ ਇੱਕ ਵੀ ਉਹਨਾਂ ਟੀਚਰਾਂ ਦੇ ਵਿੱਚ ਸਿੱਖ ਇਤਿਹਾਸ ਤੋਂ ਜਾਣੂ ਟੀਚਰ ਨਹੀਂ ਸੀ ਜਿਹਨੇ ਇਹਦਾ ਜ਼ਿਕਰ ਨਹੀਂ ਕੀਤਾ? ਅਤੇ ਅੱਜ ਤੱਕ ਵੀ ਕਿਸੇ ਨੇ ਕੀਤਾ? ਮੈਂ ਹੈਰਾਨ ਹਾਂ ਇਸ ਗੱਲ ਤੋਂ, ਸਾਡੇ ਵਿਦਵਾਨਾਂ ਤੋਂ ਔਰ ਸਾਡੇ ਟੀਚਰਾਂ ਤੋਂ, ਸਾਡੇ ਸਰਕਾਰਾਂ ਤੋਂ, ਸਿੱਖਿਆ ਮੰਤਰੀਆਂ ਤੋਂ, ਸਿੱਖਿਆ ਸਕੱਤਰਾਂ ਤੋਂ ਔਰ ਜਿਹੜੇ ਸਿੱਖਿਆ ਬੋਰਡ ਦੇ ਜਿਹੜੇ ਚੇਅਰਮੈਨ ਹੁਣ ਤੱਕ 2008 ਤੋਂ ਲੈ ਕੇ ਬਣੇ ਰਹੇ ਨੇ, ਅੱਜ ਵੀ ਬਣੇ ਨੇ, ਇਹਨਾਂ ਲੋਕਾਂ ਨੇ ਕੀ ਕੀਤਾ? ਇੰਨੀਆਂ ਇੰਨੀਆਂ ਮਤਲਬ ਕਿ ਜਿਹੜੀਆਂ ਇਹ ਕਿਤਾਬਾਂ ਦੇ ਸੰਬੰਧ ਦੇ ਵਿੱਚ ਕਮੇਟੀਆਂ ਬਣੀਆਂ, ਪੜਚੋਲ ਕਮੇਟੀਆਂ ਬਣੀਆਂ, ਉਹਨਾਂ ਨੇ ਕੀ ਸਾਹਮਣੇ ਲਿਆਂਦਾ? ਸੋ ਅੱਜ ਤੱਕ, ਅੱਜ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਕ ਸੈਮੀਨਾਰ ਇੰਸਟੀਚਿਊਟ ਆਫ ਮਤਲਬ ਕਿ ਜਿਹੜੀ ਹੈਗੀ ਆ ਸਟੱਡੀਜ਼, ਉਹਨਾਂ ਨੇ ਇੱਕ ਇੱਥੇ ਸੈਮੀਨਾਰ ਕਰਾਇਆ ਚੰਡੀਗੜ੍ਹ ਦੇ ਵਿੱਚ, ਅਤੇ ਉਸ ਸੈਮੀਨਾਰ ਦੇ ਵਿੱਚ ਮੈਂ ਇਹ ਗੱਲ ਕੀਤੀ ਆ ਔਰ ਇਹ ਸਵਾਲ ਪੂਰੇ ਜ਼ੋਰ ਨਾਲ ਉਠਾਇਆ ਹੈ ਕਿ ਜਿਹੜੇ ਅੱਜ ਸਾਡੇ ਬੁੱਧੀਜੀਵੀ ਨੇ ਉਹ ਕਿੱਥੇ ਨੇ? ਉਹਨਾਂ ਦਾ ਕੋਈ ਜ਼ਿੰਮੇਵਾਰੀ ਨਹੀਂ? ਜਿਨ੍ਹਾਂ ਨੇ ਇਤਿਹਾਸ ਪੜ੍ਹਨਾ, ਜਿਨ੍ਹਾਂ ਨੇ ਇਤਿਹਾਸ ਲਿਖਣਾ, ਜਿਨ੍ਹਾਂ ਨੇ ਇਹ ਸਟੱਡੀ ਕਰਨੀ ਹੈ ਕਿ ਸਾਡੇ ਇਹਦੇ ਵਿੱਚ ਕੋਈ ਰਲਗੜ ਤਾਂ ਨਹੀਂ ਹੋ ਰਿਹਾ, ਜਿਹੜੀ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਤੁਸੀਂ ਸਵਾਲ ਕੀਤਾ ਕਿ ਕਾਨੂੰਨੀ ਕਾਰਵਾਈ ਕਿਵੇਂ ਕਰਾਂ, ਮੈਂ ਹੁਣ ਕਾਨੂੰਨੀ ਕਾਰਵਾਈ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਜੀ। ਮੈਂ ਕਾਨੂੰਨੀ ਕਾਰਵਾਈ ਕਰਨ ਵਾਸਤੇ ਨੀਰ ਭੁਲਿੰਦਰ ਜੀ, ਜਿੱਥੇ ਮੈਂ ਇਸ ਕਿਤਾਬ ਦੇ ਲੇਖਕ ਬਾਰੇ 2008 ਦੇ ਵਿੱਚ ਜੋ ਉਸ ਟਾਈਮ 'ਤੇ ਸਕੱਤਰ, ਸਿੱਖਿਆ ਬੋਰਡ ਦਾ ਚੇਅਰਮੈਨ, ਸਿੱਖਿਆ ਮੰਤਰੀ, ਉਹਨਾਂ ਦੇ ਨਾਲ ਉਹਨਾਂ ਦੇ ਖਿਲਾਫ ਐਪਲੀਕੇਸ਼ਨ ਦੇ ਚੁੱਕਾ ਹੈ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ, DGP ਨੂੰ, ਗ੍ਰਹਿ ਸਕੱਤਰ ਨੂੰ, ਅੰਮ੍ਰਿਤਸਰ ਸਾਰਿਆਂ ਨੂੰ ਇਹ ਐਪਲੀਕੇਸ਼ਨ ਮੈਂ ਦੇ ਚੁੱਕਾ। ਨਾਲ ਦੀ ਨਾਲ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਵਕੀਲ ਦੇ ਰਾਹੀਂ, ਸਰਦਾਰ ਮਨਮੋਹਨ ਸਿੰਘ ਭੱਟੀ ਦੇ ਰਾਹੀਂ ਇੱਕ ਲੀਗਲ ਨੋਟਿਸ ਵੀ ਦਿੱਤਾ। ਉਹ ਮੈਂ ਇਸ ਕਰਕੇ ਦਿੱਤਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਬੜੀ ਵੱਡੀ ਜ਼ਿੰਮੇਵਾਰੀ ਬਣਦੀ, ਬਿਲਕੁਲ, ਔਰ ਖਾਸ ਕਰਕੇ 31 ਅਕਤੂਬਰ 2018 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ, 30 ਅਕਤੂਬਰ ਨੂੰ ਤਾਂ ਸੁਖਬੀਰ ਬਾਦਲ ਨੇ ਧਰਨਾ ਦਿੱਤਾ, 31 ਅਕਤੂਬਰ ਨੂੰ ਉਸ ਧਰਨੇ ਦੀ ਅਗਵਾਈ ਕੀਤੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਜਿਹਦੇ ਵਿੱਚ ਸਾਰੇ ਮੈਂਬਰ IGP ਸੀ ਉੱਥੇ, ਐਗਜ਼ੈਕਟਿਵ ਉੱਥੇ, ਸਾਰੇ ਸਕੱਤਰ ਰੂਪ ਸਿੰਘ ਵਰਗੇ ਸਾਰਿਆਂ ਨੇ ਉਸ ਧਰਨੇ 'ਚ ਸ਼ਮੂਲੀਅਤ ਕੀਤੀ। ਔਰ ਇਹਨਾਂ ਨੇ ਫਿਰ ਇੱਕ ਇੱਕ ਪੰਨੇ ਦੇ ਇਸ਼ਤਿਹਾਰ ਦਿੱਤੇ ਨੇ, ਇੱਕ ਅਖਬਾਰ 'ਚ ਪੂਰੇ ਪੰਨੇ ਦਾ ਇਸ਼ਤਿਹਾਰ ਲੱਗਿਆ 31 ਅਕਤੂਬਰ ਨੂੰ, ਇੱਕ ਅਖਬਾਰ 'ਚ ਪੂਰੇ ਪੰਨੇ ਦਾ ਇਸ਼ਤਿਹਾਰ ਲੱਗਿਆ 1 ਨਵੰਬਰ 2018 ਨੂੰ, ਔਰ ਉਹਦੇ ਵਿੱਚ ਜੋ ਪੰਜਾਬ ਸਿੱਖਿਆ ਵਿਭਾਗ ਵੱਲੋਂ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਉਹਦੇ 'ਤੇ ਇਹਨਾਂ ਨੇ ਟਿੱਪਣੀਆਂ ਕੀਤੀਆਂ ਨੇ ਵੀ ਆਹ ਜਿਹੜਾ ਗਲਤ ਲਿਖਿਆ ਉਹ ਇਹਦੇ ਨਾਲੋਂ ਘੱਟ ਹੈ, ਪਰ ਬੇਸ਼ੱਕ ਘੱਟ ਵੀ ਹੈ, ਉਹਨਾਂ ਨੂੰ ਲਿਖਣ ਦਾ ਕੋਈ ਅਧਿਕਾਰ ਨਹੀਂ ਸੀ ਜਿਹੜਾ ਉਹਦੇ ਵਿੱਚ ਸੁਧਾਈ ਕੀਤੀ ਜਾ ਰਹੀ ਸੀ ਇਸ ਕਿਤਾਬ 'ਚ। ਔਰ ਉਹਦੇ 'ਤੇ ਉਹ ਸਵਾਹ ਕਰਦੇ ਨੇ ਅਤੇ ਨਾਲ ਉਹ ਧਰਨੇ ਦਿੰਦੇ ਨੇ, ਤੁਹਾਨੂੰ ਪਤਾ ਹੈ ਕਿ ਇੱਥੇ ਉਹਨਾਂ ਨੇ ਕੈਪਟਨ ਦੀ ਕੋਠੀ ਅੱਗੇ ਵੀ ਧਰਨਾ ਦਿੱਤਾ ਜਿਹ 'ਚ ਫਿਕਰ ਮਜੀਠੀਆ ਵੀ ਅਤੇ ਸਾਰੇ ਸਨ, ਅਤੇ ਉਹਨਾਂ ਦੀ ਇੱਕ ਮੰਗ ਸੀ ਕਿ ਜਿਹੜੀ ਮੌਜੂਦਾ ਪੰਜਾਬ ਸਰਕਾਰ ਦਾ ਜਿਹੜਾ ਸਿੱਖਿਆ ਮੰਤਰੀ ਹੈ ਉਹਤੇ ਵੀ ਪਰਚਾ ਹੋਵੇ, ਸਿੱਖਿਆ ਬੋਰਡ ਦੇ ਚੇਅਰਮੈਨ 'ਤੇ ਵੀ ਹੋਵੇ, ਸਿੱਖਿਆ ਸਕੱਤਰ 'ਤੇ ਵੀ ਹੋਵੇ, ਸਾਰਿਆਂ 'ਤੇ ਪਰਚੇ ਹੋਣੇ ਚਾਹੀਦੇ ਨੇ।
ਮੈਂ ਇਸ ਗੱਲ ਦੀ ਸੁਖਬੀਰ ਦੀ ਹਮਾਇਤ ਕਰਦਾ, ਪਹਿਲਾਂ ਵੀ ਕੀਤੀ ਸੀ, ਉਦਨ ਵੀ ਜਿੱਦਣ ਮੈਂ ਕਿਤਾਬਾਂ ਲੈ ਗਿਆ, ਜਿੱਦਣ ਮੈਂ ਗੁਰਨ ਨੂੰ ਮੰਗ ਪੱਤਰ ਦਿੱਤਾ ਉਸ ਦਿਨ ਵੀ ਮੈਂ ਕੀਤੀ ਹੈ। ਅਤੇ ਪਰ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਹੈ ਸੁਖਬੀਰ ਬਾਦਲ ਤੋਂ। ਮੈਂ ਸ਼੍ਰੋਮਣੀ ਕਮੇਟੀ ਨੂੰ ਇਸ ਕਰਕੇ ਲੀਗਲ ਨੋਟਿਸ ਦਿੱਤਾ ਹੈ ਕਿ ਤੁਸੀਂ ਅਖਬਾਰਾਂ 'ਚ ਇਸ਼ਤਿਹਾਰ ਮੌਜੂਦਾ ਸਰਕਾਰ ਦੇ ਖਿਲਾਫ਼ ਤਾਂ ਦੇ ਦਿੱਤੇ, ਅਤੇ ਜਿਨ੍ਹਾਂ ਦੇ ਨਾਲ ਰਲ ਕੇ ਤੁਸੀਂ ਧਰਨੇ ਲਾ ਰਹੇ ਜੋ, ਜਿਨ੍ਹਾਂ ਦੇ ਖਿਲਾਫ਼ ਤੁਸੀਂ ਸ਼੍ਰੋਮਣੀ ਕਮੇਟੀ ਦਾ ਜਿਹੜਾ ਪੈਸਾ ਹੈ ਉਹ ਪਾਣੀ ਤਰ੍ਹਾਂ ਵਹਾ ਰਹੇ ਹੋ ਇਸ਼ਤਿਹਾਰਾਂ ਅਖਬਾਰਾਂ 'ਚ ਇਸ਼ਤਿਹਾਰ ਦੇ ਕੇ, ਉਹ ਤੁਹਾਡੀ ਜਿਹੜੀ ਇਸ ਜਿਹੜੀ ਅਕਾਲੀ ਪਾਰਟੀ ਦੀ ਸਰਕਾਰ ਸੀ ਉਹਨਾਂ ਨੇ ਜਿਹੜੀਆਂ ਆਹ ਕਿਤਾਬਾਂ ਪਬਲਿਸ਼ ਕੀਤੀਆਂ ਉਹਨਾਂ ਦੇ ਖਿਲਾਫ਼ ਤੁਹਾਡੀ ਜ਼ਬਾਨ ਕਿਉਂ ਬੰਦਿਆ? ਜਿਸ ਤਰ੍ਹਾਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਤੁਹਾਨੂੰ ਪਤਾ ਵੀ ਸਿੱਖ ਇਤਿਹਾਸਾਂ ਦੀ ਹਿੰਦੀ ਨਾਂ ਦੀ ਕਿਤਾਬ ਪਬਲਿਸ਼ ਕੀਤੀ ਜਿਸ 'ਚ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਤਲ ਕਿਹਾ, ਗੁਰਬਲਾਸ ਪਾਤਸ਼ਾਹੀ ਛੇਵੀਂ ਪਬਲਿਸ਼ ਕੀਤੀ, ਉਹ 'ਤੇ ਨਹੀਂ ਬੋਲੇ ਅੱਜ ਤੱਕ। ਇਸੇ ਤਰ੍ਹਾਂ ਨਾਮਧਾਰੀ ਕੁੱਕਿਆਂ ਦੀ ਕਰਤੂਤ ਹੈ ਜਿਸ 'ਚ ਇਹਨਾਂ ਨੇ ਉਹਨਾਂ ਨੇ ਗੁਰਬਾਣੀ ਦੇ ਗੁੜਕਿਆਂ 'ਤੇ ਭੂਮਿਕਾ ਲਿਖੀ ਹੈ, ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਰੱਦ ਕਰਕੇ ਉਹ ਦੇਹਧਾਰੀ ਗੁਰੂ ਨੂੰ ਪ੍ਰਮੋਟ ਕਰ ਰਿਹਾ, ਉੱਥੇ ਸ਼੍ਰੋਮਣੀ ਕਮੇਟੀ ਚੁੱਪ ਕਿਉਂ ਆ? ਅਤੇ ਇਹ ਜਿਹੜੀ ਮੌਜੂਦਾ ਪੰਜਾਬ ਸਰਕਾਰ ਹੈ ਇਹਦੇ ਖਿਲਾਫ਼ ਤਾਂ ਇਸ਼ਤਿਹਾਰ ਦੇ ਰਹੀ ਹੈ। ਮੈਂ ਇਹਦੀ ਹਮਾਇਤ ਕਰਦਾ ਵੀ ਮੌਜੂਦਾ ਸਰਕਾਰ ਨੂੰ ਵੀ ਕੋਈ ਹੱਕ ਨਹੀਂ ਕਿ ਉਹ ਕਿਸੇ ਵੀ ਗੁਰੂ ਸਾਹਿਬ ਦੇ ਇਤਿਹਾਸ ਦੇ ਉੱਤੇ ਕੋਈ ਗਲਤ ਟਿੱਪਣੀ ਕਰਕੇ ਕੋਈ ਛੇੜਛਾੜ ਕਰੇ। ਪਰ ਹੈਰਾਨਗੀ ਇਸ ਗੱਲ ਦੀ, ਸਿਆਣੇ ਕਹਿੰਦੇ ਨੇ ਨੀਲ ਭਲਿੰਦਰ ਜੀ ਵੀ ਛੱਜ ਤਾਂ ਬੋਲੇ, ਛਾਨਣੀ ਕਿਉਂ ਬੋਲੇ? ਜੀ ਬਿਲਕੁਲ, ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ, ਇਹ ਤੁਹਾਡੇ ਸਾਹਮਣੇ ਅਸੀਂ ਸਾਰਾ ਮਾਮਲਾ ਰੱਖਿਆ। ਇਸ ਤੋਂ ਪਹਿਲਾਂ ਵੀ ਅਸੀਂ ਇਸ ਤਰ੍ਹਾਂ ਦੇ ਮਸਲਿਆਂ ਦੇ ਉੱਤੇ ਸਿਰਸਾ ਸਾਹਿਬ ਨਾਲ ਗੱਲਬਾਤ ਕਰਦੇ ਰਹੇ ਹਾਂ, ਅਤੇ ਸੋ ਇਹ ਗੱਲ ਇੱਕ ਸਪਸ਼ਟ ਤੌਰ ਦੇ ਉੱਤੇ ਸਾਹਮਣੇ ਆਈ ਹੈ ਕਿ ਸਿੱਖ ਇਤਿਹਾਸ ਨਾਲ ਛੇੜਛਾੜ ਦੀ ਇਹ ਘਟਨਾ ਇੱਕ ਤਾਂ ਕੋਈ ਪਹਿਲੀ ਨਹੀਂ ਕਿ ਜੋ ਇਸ ਵੇਲੇ ਹੋਈ ਹੈ, ਇਸ ਸਰਕਾਰ ਦੇ ਮੌਕੇ ਹੋਈ ਹੈ ਜਿਸ ਦੇ ਵਿੱਚ ਕਿ ਹੁਣ ਸੁਧਾਈ ਕੀਤੀ ਜਾ ਰਹੀ ਹੈ। ਇਹ ਬੜੇ ਲੰਬੇ ਸਮੇਂ ਤੋਂ ਹੁੰਦੀ ਆ ਰਹੀ ਹੈ, ਜਿਸ 'ਚ ਸ਼੍ਰੋਮਣੀ ਕਮੇਟੀ ਵੱਲੋਂ 90 ਦੇ ਦਹਾਕੇ ਦੇ ਵਿੱਚ ਛਾਪੀਆਂ ਗਈਆਂ ਕਈ ਕਿਤਾਬਾਂ ਅਸੀਂ ਪਹਿਲਾਂ ਇਸੇ ਤਰ੍ਹਾਂ ਦੇ ਪ੍ਰੋਗਰਾਮਾਂ 'ਚ ਤੁਹਾਡੇ ਪੇਸ਼ ਨਜ਼ਰ ਕਰ ਚੁੱਕੇ ਹਾਂ। ਅਤੇ ਇਸੇ ਤਰ੍ਹਾਂ ਦਾ ਇਹ ਮਾਮਲਾ 2008 ਦਾ ਸਾਹਮਣੇ ਆਇਆ ਜਿਹਦੇ ਬਾਰੇ ਕਿ ਦੱਸਿਆ ਗਿਆ ਹੈ ਕਿ ਇਸ ਦੇ ਵਿੱਚ ਤੁਹਾਨੂੰ 4 ਮੈਂ ਹਵਾਲੇ ਦਿੱਤੇ ਨੇ ਕਿ ਕਿਹਾ ਗਿਆ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਸਾਜਨਾ ਸਿਰਫ ਇਸ ਕਰਕੇ ਕੀਤੀ ਸੀ ਕਿ ਉਹਨਾਂ ਨੂੰ ਜੱਟ ਯੋਧਿਆਂ ਦੀ ਲੋੜ ਸੀ, ਸਿਰਫ ਇਸ ਕਰਕੇ ਇੱਥੋਂ ਤੱਕ ਸੀਮਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬੰਦਾ ਸਿੰਘ ਬਹਾਦਰ ਬਾਰੇ ਬੜੀ ਹੀ ਘਟੀਆ ਜਿਹੜੀ ਹੈਗੀ ਆ ਸ਼ਬਦਾਵਲੀ ਦੇ ਘਟੀਆ ਹਵਾਲੇ ਦਿੱਤੇ ਗਏ ਨੇ, ਬੜਾ ਜ਼ਾਲਮ ਉਹਨਾਂ ਨੂੰ ਕਿਹਾ ਗਿਆ ਹੈ। ਗੁਰੂ ਤੇਗ ਬਹਾਦਰ ਸਾਹਿਬ ਬਾਰੇ ਕਿਹਾ ਗਿਆ ਕਿ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਲੁੱਟਮਾਰ ਕਰਨ ਕਰਕੇ ਬੰਦ ਕੀਤਾ ਗਿਆ ਸੀ, ਅਤੇ ਉਹਨਾਂ ਦੇ ਸਰੀਰ ਦੇ 4 ਟੁਕੜੇ ਕਰਕੇ 4 ਦਰਵਾਜ਼ਿਆਂ ਦੇ ਉੱਤੇ ਟੰਗ ਦਿੱਤੇ ਗਏ ਸੀ। ਅਤੇ ਸਭ ਤੋਂ ਵੱਡੀ ਗੱਲ, ਸਿੱਖ ਧਰਮ ਦੇ ਮੋਢੀ ਜਿਨ੍ਹਾਂ ਨੇ ਸਿੱਖ ਧਰਮ ਦੀ ਸ਼ੁਰੂਆਤ ਕੀਤੀ ਨਹੀਂ ਰੱਖੀ, ਗੁਰੂ ਨਾਨਕ ਸਾਹਿਬ ਬਾਰੇ ਉਹਨਾਂ ਬਾਰੇ ਇਹ ਕਿਤਾਬ ਕਹਿ ਰਹੀ ਹੈ ਕਿ ਉਹਨਾਂ ਨੇ ਕੋਈ ਨਵੀਂ ਸੰਸਥਾ ਸ਼ੁਰੂ ਹੀ ਨਹੀਂ ਕੀਤੀ, ਜੋ ਗੁਰੂ ਚੱਲਦੇ ਆ ਰਹੇ ਨੇ, ਗੁਰੂ ਤਾਂ ਸ਼ੰਕਰਾਚਾਰਿਆ ਦੇ ਮੱਠਾਂ 'ਚ ਵੀ ਹੁੰਦੇ ਨੇ, ਸੋ ਉਸ ਨਾਲ ਤੁਲਨਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਮਾਮਲਾ ਅਸੀਂ ਤੁਹਾਡੇ ਸਾਹਮਣੇ ਰੱਖਿਆ, ਇਸ ਬਾਰੇ ਸ਼ਿਕਾਇਤ ਪੁਲਿਸ ਨੂੰ ਸ਼ਿਕਾਇਤ ਵੀ ਦੇ ਚੁੱਕੇ ਨੇ, ਅਤੇ ਕਾਨੂੰਨੀ ਨੋਟਿਸ ਵੀ ਸਿਰਸਾ ਸਾਹਿਬ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਰਵ ਕਰ ਚੁੱਕੇ ਨੇ। ਧੰਨਵਾਦ ਜੀ, ਮਿਹਰਬਾਨੀ, ਧੰਨਵਾਦ ਜੀ ਨਿਮਚੰਦਰ ਜੀ, ਤੁਹਾਡਾ ਵੀ ਜੀ, ਤੁਹਾਡੇ ਸਟੂਡੀਓ ਦਾ ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ।